ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦੇ ਨਾਂ ਨੂੰ ਵੋਟਾਂ ਪਾਈਆਂ ਸੀ, ਨਾ ਕਿ ਕੇਜਰੀਵਾਲ ਦੇ। ਉਹ ਕੇਜਰੀਵਾਲ ਜਿਹੜੇ ਨੇ ਮਜੀਠੀਏ ਤੋਂ, ਜਦੋਂ 2017 ਤੋਂ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਮੈਂ ਕਾਲਰ ਪਕੜ ਕਰ ਜੇਲ੍ਹ ਮੇਂ ਛੋੜ ਕੇ ਆਊਂਗਾ ਮਜੀਠੀਆ ਕੋ, ਉਹੀ ਕੇਜਰੀਵਾਲ ਤਰੀਕ ਤੇ ਆਉਣ ਦੀ ਬਜਾਏ ਪੰਜਾਬ 'ਚ ਮਾਫ਼ੀ ਮੰਗਿਆ ਸੀ। ਕਿੱਥੇ ਆ ਵੀ ਪੰਜਾਬ ਦੇ ਗੱਦੀ ਸਾਰੇ ਜਿਹੜੇ ਮਤਲਬ ਕਿ ਲੋਕਾਂ ਨੂੰ ਬੁੱਧੂ ਬਣਾਉਣ ਦਾ ਜਿਹੜਾ ਮਤਲਬ ਕਿ ਸਿਸਟਮ ਇਹਨਾਂ ਨੇ ਚਲਾਇਆ ਹੋਇਆ, ਪਰ ਹੁਣ ਜਿਹੜੇ ਲੋਕ ਆ ਰਹੇ ਲੋਕ ਜਾਗਰੂਕ ਆ, ਜ਼ਿਆਦਾ ਸਮਾਂ ਨਹੀਂ ਚਾਹੁੰਦੇ। ਜਿਹੜੇ ਕੰਮ ਮਾਨ ਸਰਕਾਰ ਨੇ ਚੰਗੇ ਕੀਤੇ ਆ ਉਹਨਾਂ ਨੂੰ ਚੰਗੇ ਕਹਾਂਗੇ, ਉਹਨਾਂ ਦੀ ਸ਼ਲਾਘਾ ਕਰਾਂਗੇ, ਇਸ਼ਤਿਹਾਰ ਦਿੰਦੇ ਆ ਕਿ ਸਾਡਾ ਕਾਮ ਬੋਲਦਾ। ਇਹਨਾਂ ਦੇ ਆਮ ਆਦਮੀ ਪਾਰਟੀ ਦਾ MP ਉੱਥੇ ਹਰਿਆਣੇ 'ਚ ਜਾ ਕੇ ਕਹਿੰਦਾ ਵੀ ਹਰਿਆਣੇ 'ਚ ਸਰਕਾਰ ਬਣ ਗਈ, ਆਮ ਆਦਮੀ ਪਾਰਟੀ ਦੀ ਪਾਣੀ ਸਾਰੇ ਖੇਤਾਂ 'ਚ ਪਹੁੰਚਦਾ ਹੋਊਗਾ। ਜਿਹੜਾ ਕਿਉਂ ਪਹੁੰਚਦਾ ਇੱਥੇ ਇਹਨਾਂ ਦੇ ਆਪਣੇ ਲੀਡਰ ਬਿਆਨ ਦਿੰਦੇ ਵੀ ਇੱਥੇ PC ਇੱਕ ਤਿਫਕਾ ਨਹੀਂ ਜਾਣ ਦਿੰਦੇ। ਮੈਂ ਕਿਉਂ ਬਈ, ਕਿਉਂ ਦੋਗਲੀ ਰਾਜਨੀਤੀ ਕਰਦੇ ਇਹ? ਜਿਹੜਾ ਮੇਰਾ ਹਰਾ ਪੈਨ ਆ ਪਹਿਲਾਂ ਇਹ ਨੌਜਵਾਨਾਂ ਲਈ ਚੱਲੂਗਾ। ਕਿੱਥੇ ਆ ਮਾਨ ਸਾਹਿਬ? 8 ਮਹੀਨੇ ਹੋ ਗਏ, ਉਹੀ ਡਾਂਗਾਂ ਪੈਂਦੀਆਂ। ਉਹੀ ਕੁੜੀ ਜਿਹੜੀ ਨੂੰ ਕੇਜਰੀਵਾਲ ਸਾਹਿਬ ਨੇ ਵਾਟਰ ਵਰਕ ਦੀ ਟੈਂਕੀ ਤੋਂ ਲਾਇਆ ਸੀ, ਉਤਾਰ ਕੇ ਆਪਦੀ ਭੈਣ ਕਿਹਾ ਸੀ। ਉਹ ਕਹਿੰਦੇ ਸੀ ਆਪ ਨੀਚੇ ਆ ਜਾਓ, ਆਪ ਮੇਰੀ ਬਹਿਨ ਹੋ, ਮੈਂ ਦੂੰਗਾ ਆਪਕੋ ਨੌਕਰੀ। ਇਹ ਕੇਜਰੀਵਾਲ ਸਾਹਿਬ ਦੀ ਵਟਨ ਸੀ। ਕਿੱਥੇ ਆ ਵੀ 8 ਮਹੀਨੇ ਹੋ ਗਏ? ਕਿਉਂ ਤੁਹਾਡੀ ਲਵਲੀ ਯੂਨੀਵਰਸਿਟੀ ਵਾਲਾ ਤੁਸੀਂ, ਤੁਹਾਡਾ ਜਿਹੜਾ ਆਪਣਾ ਰਾਜ ਸਭਾ ਮੈਂਬਰ ਤੁਸੀਂ ਬਣਾਇਆ, ਉੱਥੇ ਜਿਹੜੀ 60 ਕਿੱਲੇ ਜ਼ਮੀਨ ਉਹ ਨੱਪੀ ਬੈਠਾ, ਉੱਥੇ ਕਿਉਂ ਨਹੀਂ ਕਰ ਰਹੀ ਹੁੰਦੀ? ਪੰਜਾਬ ਲਈ ਪਰਿਵਾਰ ਛੱਡਿਆ ਸੀ, ਬੱਚੇ ਛੱਡੇ ਸੀ, ਹੁਣ ਤੁਸੀਂ ਆਪਣੇ ਪਰਿਵਾਰ ਲਈ ਪੰਜਾਬ ਛੱਡਤਾ। ਕਹਿੰਦਾ ਵੀ ਹੁਣ ਤੁਸੀਂ ਕਿਉਂ ਦਿੱਲੀ ਵਾਲਿਆਂ ਦੇ ਗੁਲਾਮ ਬਣ ਗਏ? ਤੁਸੀਂ ਦਿੱਲੀ ਵਾਲਿਆਂ ਤੋਂ ਬਾਹਰ ਨਿਕਲੋ, ਆਪਦਾ ਸਟੈਂਡ ਲਓ। ਲੋਕ ਤੁਹਾਡੇ ਹੈਗੇ ਆ 3 ਮਹੀਨੇ, ਤੁਹਾਨੂੰ ਜਿਹੜਾ ਸੰਗਰੂਰ ਵਾਲਾ ਸ਼ੀਸ਼ਾ, ਜਿਹਨੂੰ ਤੁਸੀਂ ਰਾਜਧਾਨੀ ਕਹਿੰਦੇ ਹੁੰਦੇ ਸੀ, ਸਾਡੀ ਰਾਜਧਾਨੀ ਆ, ਉਹ ਤੁਹਾਡਾ ਜਿਹੜਾ ਗੜ੍ਹ ਆ ਤੁਹਾਡਾ ਲੋਕਾਂ ਨੇ ਤੋੜ ਦਿੱਤਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਾਮ ਸਿੰਘ ਕਲਿਆਣ, ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ TV। ਆਪਾਂ ਅਕਸਰ ਹੀ ਤੁਹਾਨੂੰ ਵੱਖੋ ਵੱਖਰੇ ਖੇਤਰਾਂ ਦੀਆਂ ਸ਼ਖਸੀਅਤਾਂ ਨਾਲ ਮਿਲਾਉਂਦੇ ਰਹਿੰਦੇ ਹਾਂ। ਜੋ ਅੱਜ ਸਾਡੇ ਨਾਲ ਬਾਈ ਜੀ ਆ, ਉਹ ਨੌਜਵਾਨ ਇੱਕ ਰਾਜਨੀਤਿਕ ਆਗੂ ਵੀ ਆ ਅਤੇ ਇੱਕ ਪੜ੍ਹੇ ਹੋਏ ਵਕੀਲ ਵੀ ਆ, ਅਤੇ ਉਹਨਾਂ ਦਾ ਸੁਮੇਲ ਆ ਵਕਾਲਤ ਅਤੇ ਰਾਜਨੀਤੀ ਦਾ। ਅੱਜ ਆਪਾਂ ਬਾਈ ਜੀ ਨਾਲ ਖੁੱਲ੍ਹ ਕੇ ਗੱਲ ਕਰਾਂਗੇ। ਮੇਰੀ ਮੁਰਾਦ ਜਸਵਿੰਦਰ ਸਿੰਘ ਜੱਸ ਵਜੋਆਣਾ, ਇਹ ਪਹਿਲਾਂ ਨਥਾਣਾ ਇਲਾਕੇ ਵਿੱਚ ਬਹੁਤ ਸੇਵਾ ਕੀਤੀ ਆ ਅਤੇ ਹੁਣ ਇਹਨਾਂ ਨੂੰ ਰਾਮਪੁਰਾ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ। ਸੋ ਬਾਈ ਜੀ, ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ, ਜਸਵਿੰਦਰ ਸਿੰਘ ਜੱਜ ਜੀ ਨਾਲ। ਪਹਿਲਾਂ ਤਾਂ ਬਾਈ, ਤੁਹਾਡਾ ਅਸੀਂ ਸਾਂਝ ਪੰਜਾਬ TV 'ਤੇ ਜੀ ਆਇਆਂ, ਧੰਨਵਾਦ ਕਰਦੇ ਹਾਂ। ਧੰਨਵਾਦ ਜੀ ਰਾਮ ਜੀ, ਤੁਹਾਡਾ ਇੱਥੇ ਪਹੁੰਚਣ 'ਤੇ ਜੀ ਆਇਆਂ, ਕਹਿੰਦੇ ਹਾਂ ਧੰਨਵਾਦ ਕਰਦੇ ਹਾਂ ਤੁਹਾਡਾ। ਬਾਈ ਜੀ, ਰਾਜਨੀਤੀ ਨੂੰ ਨੌਜਵਾਨ ਵਰਗ ਜ਼ਿਆਦਾ ਪਸੰਦ ਨਹੀਂ ਕਰਦਾ, ਕਿਉਂਕਿ ਇੱਥੇ ਕਿਹਾ ਕੁਝ ਹੋਰ ਜਾਂਦਾ, ਕੀਤਾ ਹੋਰ ਜਾਂਦਾ, ਇਹਨੂੰ ਇੱਕ ਦਲਦਲ ਸਮਝਿਆ ਜਾਂਦਾ। ਅਤੇ ਤੁਹਾਡਾ ਕਿਵੇਂ ਇੱਧਰ ਰਾਜਨੀਤੀ ਵੱਲ ਰੁਝਾਨ ਬਣਿਆ, ਕਿਉਂਕਿ ਤੁਸੀਂ ਚੰਗੇ ਪੜ੍ਹੇ ਲਿਖੇ, ਵਕਾਲਤ ਕੀਤੀ ਹੋਈ ਆ, ਅਤੇ ਤੁਸੀਂ ਕਿਵੇਂ ਇੱਧਰ ਨੂੰ ਵਧੇ? ਦੇਖੋ ਜੀ, ਜਿਹੜਾ ਆਪਾਂ ਆਮ ਅਕਸਰ ਦੇਖਦੇ ਹਾਂ ਕਿ ਰਾਜਨੀਤੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਰਾਜਨੀਤੀ ਗੰਧਲੀ ਹੋਈ ਆ, ਜਾਂ ਜਿਹੜੇ ਰਾਜਨੀਤੀ ਦੇ ਵਿੱਚ ਲੋਕ ਆ ਉਹਨਾਂ 'ਤੇ ਕੋਈ ਵਿਸ਼ਵਾਸ ਨਹੀਂ ਕਰਦਾ, ਉਹਨਾਂ 'ਤੇ ਕੋਈ ਯਕੀਨ ਨਹੀਂ ਕਰਦਾ। ਆਪਾਂ ਆਮ ਆਪਾਂ ਕਹਿ ਦਿੰਦੇ ਹਾਂ, ਪਿੰਡਾਂ 'ਚ ਕਹਿ ਦਿੰਦੇ ਹਾਂ, ਆਮ ਕਹਾਵਤਾਂ ਚੱਲਦੀਆਂ ਕਿ ਰਾਜਨੀਤਿਕ ਜਿਹੜਾ ਲੀਡਰ ਆਪਾਂ ਕਹਿ ਦਿੰਦੇ ਹਾਂ ਕਿਸੇ ਦੇ ਸਕੇ ਨਹੀਂ ਹੁੰਦੇ। ਸੋ ਮੈਂ ਰਾਜਨੀਤੀ ਦੇ ਵਿੱਚ ਆਇਆ ਹਾਂ। ਰਾਜਨੀਤੀ ਦੇ ਵਿੱਚ ਆਉਣ ਦਾ ਮਕਸਦ ਇਹ ਨਹੀਂ ਹੁੰਦਾ ਕੋਈ ਆਪਣਾ ਨਾਮ ਬਣਾਉਣਾ, ਪੈਸਾ ਕਮਾਉਣਾ। ਰਾਜਨੀਤੀ ਦਾ ਮਕਸਦ ਹੁੰਦਾ ਆਪਾਂ ਆਪਣੇ ਪਿੰਡ ਲਈ ਕੁਛ ਕਰਨਾ, ਆਪਾਂ ਆਪਣੇ ਇਲਾਕੇ ਲਈ ਕੁਛ ਕਰ ਸਕਦੇ ਹਾਂ, ਆਪਾਂ ਆਪਣੇ ਪੰਜਾਬ ਲਈ ਆਪਾਂ ਕੋਈ ਸੇਵਾ ਕਰ ਸਕੀਏ। ਜਿਹੜੇ ਲੋਕ ਆ, ਨੌਜਵਾਨ ਆ, ਉਹਨਾਂ ਦੀ ਕੀ ਸੋਚ ਆ, ਕੀ ਨੌਜਵਾਨ ਕਰਨਾ ਚਾਹੁੰਦੇ ਆ, ਕੀ ਆਪਣੇ ਜਿਹੜੇ ਲੋਕ ਆ, ਕੀ ਉਹਨਾਂ 'ਚ ਕਮੀ ਆ, ਕੀ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ। ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਈ ਲੋਕ ਹੁੰਦੇ ਆ, ਮੰਨ ਲਓ ਪਿੰਡਾਂ ਦੇ ਵਿੱਚ ਬੁਢਾਪਾ ਪੈਨਸ਼ਨ ਦੇ ਯੋਗ ਹੋਏ ਹੁੰਦੇ ਆ, ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਦੀ ਪੈਨਸ਼ਨ ਨਹੀਂ ਲੱਗਦੀ। ਜਿਹੜੇ ਆ ਸਗਨ ਸਕੀਮਾਂ ਦੀ ਗੱਲ ਕਰਦਾ, ਉਹ ਗੇੜੇ ਖਾਂਦੇ ਤੁਰੇ ਫਿਰਦੇ ਆ, ਉਹਨਾਂ ਨੂੰ ਕੋਈ ਸਰਕਾਰੀ ਦੁਆਰੇ ਪੁੱਛਦਾ ਨਹੀਂ। ਜਾਂ ਹੋਰ ਵੀ ਜਿਹੜੇ ਕੋਈ ਮੁੱਦੇ ਇਹੋ ਜਿਹੇ ਮੁੱਦੇ ਹੁੰਦੇ ਆ ਜਿਹੜੇ ਆਪਾਂ ਚੱਕ ਕੇ ਪਿੰਡਾਂ 'ਚੋਂ ਗਰਾਊਂਡ ਲੈਵਲ ਤੋਂ ਚੱਕ ਕੇ ਸਰਕਾਰ ਤੱਕ ਜਿਹੜੇ ਪਹੁੰਚਾਉਣੇ ਆ, ਜਾਂ ਸਰਕਾਰ ਦੀ ਨਿਗਾਹ ਦੇ ਵਿੱਚ ਲੈ ਕੇ ਆਉਣੇ ਆ ਮੁੱਦੇ ਜਿਹੜੇ ਜ਼ਰੂਰੀ ਆ, ਉਹ ਮੁੱਦਿਆਂ ਨੂੰ ਚੱਕਣ ਲਈ, ਉਹ ਦਰਦ ਦੇ ਨਾਲ, ਪੰਜਾਬ ਦੇ ਦਰਦ ਦੇ ਨਾਲ, ਹਲਕੇ ਦੇ ਦਰਦ ਦੇ ਨਾਲ ਮੈਂ ਰਾਜਨੀਤੀ ਦੇ ਵਿੱਚ ਆਇਆ। ਸੋ ਬਾਈ ਜੀ, ਅਗਲਾ ਸਾਡਾ ਇਹ ਸਵਾਲ ਆ ਕਿ ਰਾਜਨੀਤੀ ਬਾਰੇ ਵੀ, ਚੋਣ ਮੈਨੀਫੈਸਟੋ ਵਿੱਚ ਬਹੁਤ ਜ਼ਿਆਦਾ ਚੋਣ ਵਾਅਦੇ ਕੀਤੇ ਜਾਂਦੇ ਆ ਪਰ ਉਹ ਨਿਭਾਏ ਨਹੀਂ ਜਾਂਦੇ। ਭਾਵੇਂ ਆਪਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਖੀ ਆ, ਭਾਵੇਂ ਤੁਹਾਡੀ ਪਾਰਟੀ ਦੀ ਪਿਛਲੇ ਸਮੇਂ ਸਰਕਾਰ ਵੇਖੀ ਆ, ਉਸ ਕੰਪੇਨ ਵੇਲੇ ਤਲਵੰਡੀ ਸਾਬੋ ਕੈਪਟਨ ਅਮਰਿੰਦਰ ਸਿੰਘ ਜੀ ਨੇ ਨਸ਼ੇ ਬਾਰੇ ਅਤੇ ਹੋਰ ਕਈ ਵਾਅਦੇ ਕੀਤੇ ਸੀ ਪਰ ਉਹ ਬਾਅਦ ਵਿੱਚ ਪੂਰੇ ਨਹੀਂ ਹੋਏ। ਅਤੇ ਹੁਣ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਹੁਤ ਇੱਕ ਹੌਂਸਲੇ ਨਾਲ ਉਮੀਦਵਾਰ ਚੁਣਿਆ ਸੀ ਪਰ ਉਸੇ ਰਾਹ 'ਤੇ ਚੱਲਦੀ ਇਹ ਪਾਰਟੀ ਲੱਗਦੀ ਆ ਆਮ ਆਦਮੀ। ਤੁਸੀਂ ਕੀ ਕਹਿਣਾ ਚਾਹੋਗੇ, ਲੀਡਰਾਂ ਦੀ ਕੀ ਮਜਬੂਰੀ ਆ
कि वह वादे बड़े बड़े करते हैं तो ग्राउंड लैवल पर कोई काम नहीं होता। देखो राम जी, जदों कोई भी सियासी पार्टी आ जिहड़ा ट्रेंड चल रहे हैं कि जदों भी सत्ता प्राप्त करनी होंगी पार्टी ने, वो बड़े बड़े वादे करते हैं लोगों को, लुभावने जिहड़े होंगे लारे लाते हैं कि लोग साढ़े वाल अट्रैक्ट हो, उस दे अकॉर्डिंग सानू देख के भी सानू ये जो आने सानू कर कर नौकरी देंगे, सानू साढ़े बच्चों रुजगार मिलेगा, कर्जा माफ़ होगा, सारे लोगों को आसा होंगे। सो ये जिहड़ा एक ट्रेंड आ, मैं अपने तौर पर कहना निजी तौर पर कि बंद होना चाहिए। ये नहीं झूठे लारे ला के आप पहला भी सरकार लाइनिया ही रही हूँ, तुम देखोगे कि जी नवी सरकार आ आम आदमी पार्टी, इन्होंने व्डे व्डे वादे किए थे पर उन्होंने निबड़ता कुछ नहीं। मैं कहना वो 25% भी पूरा नहीं होंगे जोड़े वादे होंगे। सो ये चोन मैनीफेस्टो आ ना जारी करते, ये सुप्रीम कोर्ट वालों कोई रोक लगनी चाहिए इन्होंने सरकार वालों कि कोई ये जो झूठे वादे आ वो ना करन, लोगों एक तरह का मूर्ख ना मनाया जाए, भावें पार्टी कोई भी आवे, कांग्रेस आ अकाली दल आप आ, भी लोगों मूर्ख वादे सिर्फ वही किए जाने जिन्ने क सरकार पूरे कर सकती। ये नहीं आप बुद्धू बना के लोगों तो वोटा लेके बाद जादे ज सब्ज बाग दिखाए होंगे उन्होंने आप खरे ना उतर सके। मैं पार्टी वाइज तो उपर उठ के गल करदा, मैं सारिया सरकार की गल करदा भी ये बैन होने चाहिए, सिर्फ उ मुद्दे होने चाहिए जिन्हों पूरा कर सके। जे कोई पूरा ना कर सके तो मैं कहना जी पार्टी आदि जी मैंबरशिप आ रद्द कर दी जानी चाहिए जो वादे ना पूरे किए जाते। सो भाई जी, तुम बहुत चंगा विचार रखा भी ये जी लुभाणी ज मैनीफेस्टो जारी किया जाता है बंद होना चाहिए, क्योंकि आप देखिए भी जो भी कोई सरकार सत्ता में आती है तो वह वादे पूरे नहीं करती, भावें आप सरकार कोई लै लगे किसी एक का ना नहीं लै सकते, इन अकाली दल के भी शामिल आते हैं तो कांग्रेस वाले भी शामिल आती है तो आप भी शामिल आती है। सो पर जनता वालों जरूर उन्होंने सबक सिखाया जाता, जिमें पिछले समय कांग्रेस की सरकार बन तो पहला कैप्टन अमरिंदर सिंह जी ने बड़े बड़े वादे किए थे बाद पूरे नहीं हुए तो उन्होंने लोगों ने वो सच दिखाया, तो सो इस तरह लोगों वालों तो जरूर लीडर एक शीसा दिखाया जाता है, पर फिर भी जोड़े सियासी लोग नहीं हटते थे। जेकर थोड़े तो वर्ग के नौजवान आने जो ही सोचते नौजवान आ हो सकता बदला आ सकता। सो हम आप मौजूदा स्थिति पर आने, मौजूदा जी आम आदमी पार्टी पंजाब सत्ता में आई आ, उन्होंने भी कई वादे किए थे। पहला वादा उन्होंने सब तो व्डा सी गुरु ग्रंथ साहब जी की बेअदबी के दोषियों सजावं दवा का, दूजा लोग चिट्टे तो बहुत अति तंग आ, उन्हों का वादा सी कि असी चिट्टा खत्म कर देंगे। चिट्टा खत्म होने की बजाय एक घर तक होम डिलीवरी होने लग गई, तुम ये बारे की कहना चाहोगे भी? जितों तक नशे की गल है, चिट्टे की गल, आपां नूं पता कि चिट्टे की शुरुआत कदों हुई है, चिट्टे की शुरुआत अकाली दल वेले हुई है, अकाली दल की सरकार सी 2007 जदों चिट्टे ने पंजाब दे विच, उदों पता नहीं हुंदा सी पहलां किसे नूं कि की हैरोइन आ की चिट्टा, किसी को कुछ नहीं पता हों। जो ये पहला माझे रीज आया उस तो बाद मालवे दुआबे हौली 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 इन्हें सारे पंजाब को अपने पकड़ च लै लिया, पिंड शहर गलिया तक पहुँच गया चिट्टा है। जदों से अकाली दल की सरकार तो बाद कांग्रेस की सरकार आई है, कैप्टन साहब ने भी कहा कि मैं नशे का जोड़ा लक तोड़ दूंगा, हफ्ते तीन हफ्तों के मैं लक तोड़न की उन्होंने गल कही। चलो इतों तक कि उन्होंने सीगा मैं भावें साड़ी पार्टी च नहीं रहे, उन्होंने इतों तक ये हदायत करतीं सी कि जेकर कोई भी नशे वाला नशे वाली की कोई लीडर या कोई सरपंच या कोई सपोर्ट करता तो वो परचा दे दो उस टाइम से। उस तो बाद की होया, काफ़ी टाइम मतलब कि कुछ चलिया ठल चली, पर उस तो बाद टॉमी चलता रहा। हालात हुण की आ राम जी, लोगों एक 8 महीने पहले लोगों ने सरकार चुनी आम आदमी पार्टी की, लोगों ने बदलाव के नाते भगवंत मान के नाते वोटा पाइया, वोटा पाइया लोगों को ये आस कि दोने अकाली भी देख ले कांग्रेस भी देख ली भी असी बदलाव के नाते वोटा पाइया एक नवी सरकार चुनी भगवंत मान के नाते। जिमें भगवंत मान साहब पहला कहते हैं कि चुल्हिया की है जी अग ठंडी हो गई, तो जड़िया सिव्या दाटा वो उच्चिया हो गई, उदो कहते हैं सिव्या दाटा उच्चिया हो गई। मैं तुम दसना चाहना कि 6 महीने असी नहीं बोले भी, जे 6 महीने पहला बोलते अगला कहना यह जी झंडे च डंडा फसाते हैं, इन्होंने तो विरोध ही करना विरोधी पार्टी वाले। सो मैं तुम दसना चाहना हालात तुहानू भी पता पिंडां जानू, इत्थों तक हुण माड़े हालात आ गए कि पिंडां दे विच जिहड़े पिंड दे विच कोई दो नशा कोई दो समगलिंग करदे सी उस पिंड दे विच 10 हो गए पीण वाले, जे कितें 10 मुंडे पीते सी पिंड दे विच ते उस अज 30 उत्थे मुंडे नौजवान नशे पीते आ चिट्टा पीते आ। हालात ये हो गए, मैं हल्के की गल करदा पुछो दी,
ਬਲਾਕ ਗੋਨਿਆਣਾ ਦਾ ਪਿੰਡ ਆ ਹਰਰਾਏਪੁਰ। ਹਰਰਾਏਪੁਰ ਹਫ਼ਤਾ ਹੋਇਆ ਪਿੱਛੇ ਨੌਜਵਾਨ ਦੀ ਟੀਕਾ ਲੱਗਿਆ ਬਾਂਹ ਦੇ ਵਿੱਚ, ਡਿੱਗਿਆ ਪਿਆ, ਉਹਦੀ ਮੌਤ ਹੋ ਗਈ। ਜਿੱਦਾ ਪਿੰਡ ਆ ਪੱਟ ਦੇ ਵਿੱਚ ਨੌਜਵਾਨ ਦੇ ਟੀਕਾ ਲੱਗਿਆ ਤਾਂ ਮਾਂ ਪਿਓ ਚੱਕ ਕੇ ਲੈ ਗਿਆ ਡਾਕਟਰ ਕੋਲ, ਉੱਥੋਂ ਸਿਰਿੰਜ ਕਢਾਈ। ਪਿੰਡ ਮਾੜੀ ਆ, ਟੀਕਾ ਲੱਗਿਆ ਲਗਾਇਆ ਰਹਿ ਗਿਆ ਮੁੰਡੇ ਦੇ ਬਾਂਹ ਦੇ ਵਿੱਚ, ਨਥਾਣੇ ਟੀਕਾ ਲੱਗਿਆ ਲਗਾਇਆ ਰਹਿ ਗਿਆ। ਨਾਸਪੁਰਾ ਪਿੰਡ ਆ ਦਾਣਾ ਮੰਡੀ 'ਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਟੀਕਾ ਲੱਗਿਆ ਲਗਾਇਆ ਰਹਿ ਗਿਆ। ਗਿੱਦੜ ਪਿੰਡ ਆ, ਨੌਜਵਾਨ ਦੀ ਮੌਤ ਹੋਈ, ਟੀਕਾ ਲੱਗਿਆ ਲਗਾਇਆ ਰਹਿ ਗਿਆ। ਸੋ ਇਹ ਤਾਂ ਹਜੇ ਅੰਕੜੇ ਆ, ਮੈਂ ਕਹਿੰਦਾ ਵੀ ਇਹ ਤਾਂ ਆਪਾਂ ਨੂੰ ਪਤਾ, ਕਈ ਹਜੇ ਇਹੋ ਜਿਹੇ ਕੇਸ ਆ ਜਿਹਦੇ ਜਦੋਂ ਡੈਥ ਹੋ ਜਾਂਦੀ ਹੈ ਨੌਜਵਾਨ ਦੀ, ਉਦੋਂ ਮਾਂ ਪਿਓ ਲੁਕੋ ਲੈਂਦੇ ਆ, ਇਹ ਦੱਸਦੇ ਨਹੀਂ ਵੀ ਸਾਡਾ ਸਾਡੀ ਬਦਨਾਮੀ ਨੂੰ ਸਾਡਾ ਮੁੰਡਾ ਚਿੱਟੇ ਨਾਲ ਮਰ ਗਿਆ। ਹਾਲਾਤ ਰਾਮ ਜੀ ਇੱਥੋਂ ਤੱਕ ਹੋਏ ਪਏ ਆ, ਮਾੜੇ ਹੋਏ ਪਏ ਆ ਕਿ ਘਰ ਘਰ ਤੱਕ ਚਿੱਟਾ ਨਸ਼ਾ ਜਿਹੜਾ ਪਹੁੰਚ ਗਿਆ। ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਮਾਨ ਸਾਹਿਬ ਤੁਹਾਨੂੰ ਲੋਕਾਂ ਨੇ ਬੜੇ ਆਸ ਨਾਲ ਇੱਕ ਬਦਲਾਵ ਦਾ ਨਾਂ ਲੈ ਕੇ ਤੁਹਾਡੀ ਸਰਕਾਰ ਬਣਾਈ ਆ, ਤੁਹਾਨੂੰ ਚੁਣਿਆ, 92 ਤੁਹਾਡੇ ਵਿਧਾਇਕ ਚੁਣੇ ਆ, ਪਰ ਕਿੱਥੇ ਹੋ ਤੁਸੀਂ ਹੁਣ? 10 ਦਿਨ ਹੋ ਗਏ ਤੁਹਾਨੂੰ ਗੁਜਰਾਤ ਫਿਰਦੇ ਹੋ। ਮੈਂ ਕਹਿੰਦਾ ਸਰਕਾਰਾਂ ਬਣਾਓ, ਗੁਜਰਾਤ 'ਚ ਵੀ ਬਣਾਓ, ਹਿਮਾਚਲ 'ਚ ਵੀ ਬਣਾਓ, ਕੇਜਰੀਵਾਲ ਸਾਹਿਬ ਨੂੰ ਮੈਂ ਕਹਿੰਦਾ ਪ੍ਰਧਾਨ ਮੰਤਰੀ ਬਣਾਓ, ਲੋਕ ਬਣਾਉਂਦੇ ਆ ਤੁਹਾਨੂੰ ਬਣਾਓ, ਪਰ ਤੁਸੀਂ ਪੰਜਾਬ ਦੇ ਨਾਂ 'ਤੇ ਉੱਥੇ ਰਾਜਨੀਤੀ ਕਰਦੇ ਹੋ। ਪੰਜਾਬ ਤੁਸੀਂ ਗਰਾਊਂਡ ਲੈਵਲ 'ਤੇ ਹਾਲਾਤ ਆ ਕੇ ਦੇਖਿਆ ਕੀ ਹੈ? ਤੁਸੀਂ ਕਹਿੰਦੇ ਚੁੱਲ੍ਹਿਆਂ ਦੀ ਅੱਗ ਬੁਝੀ ਪਈ ਆ, ਮਾਨ ਸਾਹਿਬ ਉਹ ਚੁੱਲ੍ਹਿਆਂ ਦੀ ਅੱਗ ਤਾਂ ਉਹਨੇ ਤਾਂ ਬੁਝੀ ਪਈ ਸੀ, ਉਸ ਤੋਂ 10 ਗੁਣਾ ਚੁੱਲ੍ਹਿਆਂ ਦੀ ਅੱਗ ਆ ਜਿਹੜੀ, ਅੱਜ ਚੁੱਲ੍ਹੇ ਠੰਡੇ ਹੋ ਚੁੱਕੇ ਆ। ਜਿਹੜੀਆਂ ਤੁਸੀਂ ਸ਼ਮਸ਼ਾਨ ਘਾਟ 'ਚ ਸਿਵਿਆਂ ਦੀਆਂ ਲਾਟਾਂ ਕਹਿੰਦੇ ਸੀ ਨਾ, ਵੀ ਨੌਜਵਾਨਾਂ ਦੀਆਂ ਲਾਸ਼ਾਂ ਨਾਲ ਜਦੋਂ ਸੰਸਕਾਰ ਕਰਦੇ ਲਾਟਾਂ ਉੱਚੀਆਂ ਹੋ ਗਈਆਂ, ਉਹ ਲਾਟਾਂ ਮਾਨ ਸਾਹਿਬ ਅੱਜ 10 ਗੁਣਾ ਉੱਚੀਆਂ ਹੋ ਚੁੱਕੀਆਂ। ਤੁਸੀਂ ਗਰਾਊਂਡ ਲੈਵਲ 'ਤੇ ਪਤਾ ਕਰੋ ਆ ਕਿ ਇਹ ਹਾਲਾਤ 'ਚ ਕੀ ਹੋਏ ਪਏ ਆ। ਅਸੀਂ ਤੁਹਾਡਾ ਵਿਰੋਧ ਨਹੀਂ ਕਰਦੇ, ਜਿਹੜੇ ਕੰਮ ਚੰਗੇ ਕੀਤੇ ਆ ਉਹਨਾਂ ਕੰਮਾਂ ਨੂੰ ਚੰਗੇ ਕਹਾਂਗੇ। ਅੱਛਾ, ਜਿਹੜੇ ਕੰਮ ਗਲਤ ਆ, ਮਤਲਬ ਕਿ ਨਸ਼ੇ ਦੇ ਹਾਲਾਤ ਹੋਣੇ ਪਿੰਡਾਂ ਦੇ ਵਿੱਚ ਕੀ ਸ਼ਹਿਰਾਂ ਦੇ ਵਿੱਚ ਕੀ, ਹਰ ਰੋਜ਼ ਨੌਜਵਾਨ ਮਰ ਰਹੇ ਆ, ਕੋਈ ਡਿੱਗਿਆ ਪਿਆ, ਇਸ ਤੱਕ ਕਿ ਰਾਮ ਜੀ ਕੁੜੀਆਂ ਇੰਜੈਕਸ਼ਨ ਲਾ ਕੇ ਚਿੱਟੇ ਦੇ ਟੀਕੇ ਲਾ ਕੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ, ਕਿਤੇ ਕਿੱਥੇ ਡਿੱਗੀਆਂ ਪਈਆਂ। ਹਰ ਰੋਜ਼ ਹਰ ਜ਼ਿਲ੍ਹੇ ਦੇ ਵਿੱਚ, ਹਰ ਪਿੰਡ ਦੇ ਵਿੱਚ ਨੌਜਵਾਨ ਜਿਹੜੇ ਚਿੱਟੇ ਦੀ ਭੇਂਟ ਚੜ ਰਹੇ ਆ। ਮੈਂ ਪੁੱਛਣਾ ਚਾਹੁੰਦਾ, ਮਾਨ ਸਾਹਿਬ ਕਿੱਥੇ ਆ ਤੁਹਾਡੀ ਪੁਲਿਸ, ਕਿੱਥੇ ਆ ਸਰਕਾਰ, ਕਿਉਂ ਨਹੀਂ ਚਿੱਟਾ ਰੋਕ ਰਿਹਾ? ਮੈਂ ਕਹਿੰਦਾ ਇਹ ਅਕਾਲੀ ਕਾਂਗਰਸ ਨਾਲੋਂ, ਮੈਂ ਨਹੀਂ ਕਹਿੰਦਾ ਵੀ ਕਾਂਗਰਸ ਵੇਲੇ ਨਸ਼ਾ ਜੰਮੀ ਬਿਲਕੁਲ ਖਤਮ ਹੋ ਗਿਆ ਸੀ, ਕਿਸੇ ਹੱਦ ਤੱਕ ਠੱਲ ਪਈ ਸੀ, ਪਰ ਹੁਣ ਹਾਲਾਤ ਕੀ ਹੋ ਗਏ, 10 ਗੁਣਾ ਜ਼ਿਆਦਾ ਪਿੰਡਾਂ ਦੇ ਵਿੱਚ ਨਸ਼ਾ ਜਿਹੜਾ ਚਿੱਟਾ ਵੜ ਚੁੱਕਿਆ। ਮੈਂ ਕਹਿੰਦਾ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਕੋਈ ਇਹਦਾ ਹੱਲ ਹੋਣਾ ਚਾਹੀਦਾ, ਤਾਂ ਜਿਹੜੇ ਕੁਛ ਤਾਂ ਨੌਜਵਾਨ, ਮਾਨ ਸਾਹਿਬ ਤੁਸੀਂ ਕਹਿੰਦੇ ਸੀ ਵੀ ਨੌਜਵਾਨ ਅੰਗਰੇਜ਼ ਬਾਹਰੋਂ ਨੌਕਰੀਆਂ ਕਰਨ ਆਉਣਗੇ, ਬਾਹਰਲੀਆਂ ਨੌਕਰੀਆਂ ਤਾਂ ਅੰਗਰੇਜ਼ਾਂ ਦਾ ਛੱਡੋ, ਜਿਹੜੇ ਇੱਥੋਂ ਕਰੀਮ ਸੀ, ਹੁਣ ਤੁਸੀਂ ਦੇਖੋਗੇ ਰਾਮ ਜੀ 1 ਸਾਲ ਪਾਸਪੋਰਟ ਨਵਾਂ ਨਹੀਂ ਬਣ ਰਿਹਾ, ਇੰਨੇ ਲੋਕ ਨੌਜਵਾਨ ਪਾਸਪੋਰਟ ਬਣਾ ਕੇ ਆਪਣੀ ਨੌਜਵਾਨ ਜਿਹੜੀ ਕਰੀਮ ਆ, ਸਾਰਾ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ, ਸਾਰੇ ਜਿਹੜੇ ਨੌਜਵਾਨ ਜਿਹੜੇ ਚੰਗੇ ਚੰਗੇ ਬਾਹਰ ਜਾ ਰਹੇ, ਦੂਜਿਆਂ ਦੀਆਂ ਬਾਹਾਂ ਜਿਹੜੀਆਂ ਉਹਦੇ ਵਿੱਚ ਸੂਈਆਂ ਲੱਗੀਆਂ ਹੋਈਆਂ ਟੀਕੇ ਦੀਆਂ ਚਿੱਟੇ ਦੀਆਂ। ਸੋ ਇਹ ਬਹੁਤ ਹੀ ਪੰਜਾਬ ਦਾ ਗੰਭੀਰ ਮੁੱਦਾ, ਮੈਂ ਕਹਿੰਦਾ ਬਹੁਤ ਜ਼ਿਆਦਾ ਇਸ ਟਾਈਮ 'ਤੇ ਜਿਹੜਾ ਖਤਰਨਾਕ ਮੁੱਦਾ, ਦਿਨੋਂ ਦਿਨ ਜਿਹੜੀ ਚਿੱਟੇ ਦੀ ਪਕੜ ਹੈ ਘਰਾਂ ਤੱਕ ਲੋਕਾਂ ਦੇ ਜਾ ਰਹੀ ਹੈ, ਅਤੇ ਲੋਕਾਂ ਦੇ ਮਾਵਾਂ ਦੇ ਪੁੱਤ ਮਰ ਰਹੇ ਆ, ਭੈਣਾਂ ਦੇ ਭਰਾ ਮਰ ਰਹੇ ਆ, ਭੈਣਾਂ ਦੇ ਸੁਹਾਗ ਉੱਜੜ ਰਹੇ ਆ, ਪੁੱਤ ਛੋਟੇ ਛੋਟੇ ਬੱਚੇ ਆ, ਉਹਨਾਂ ਦੇ ਪਿਓ ਨਸ਼ੇ ਨਾਲ ਟੀਕੇ ਲੱਗ ਕੇ ਕਿਤੇ ਕੋਈ ਸ਼ਮਸ਼ਾਨ ਘਾਟ 'ਚੋਂ ਚੱਕ ਕੇ ਲੈ ਕੇ ਆਉਂਦਾ, ਕਿਤੇ ਕੋਈ ਬਾਥਰੂਮ 'ਚ ਡਿੱਗਿਆ ਪਿਆ, ਸੂਈ ਲੱਗੀ ਰਹਿ ਜਾਂਦੀ ਹੈ, ਇੰਨੇ ਬੁਰੇ ਹਾਲਾਤ ਹੋ ਗਏ। ਮੈਂ ਕਹਿੰਦਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਇਹਦਾ ਕੋਈ ਹੱਲ ਹੋਣਾ ਚਾਹੀਦਾ, ਚਿੱਟੇ ਦੇ ਨਸ਼ੇ 'ਤੇ ਰੋਕ ਲੱਗਣੀ ਚਾਹੀਦੀ, ਜੋ ਬਹੁਤ ਹੀ ਗੰਭੀਰ ਮੁੱਦਾ, ਸਾਡੀ ਜਿਹੜੀ ਨਸਲ ਆ, ਸਾਡੀ ਨਸ਼ਲਕੁਸ਼ੀ ਹੋ ਰਹੀ ਹੈ ਚਿੱਟੇ ਦੇ ਰਾਹੀਂ, ਖਤਮ ਹੋ ਗਈ ਲੋਕਾਂ ਦੇ ਵਿੱਚ, ਅਣਖਾਂ ਗੈਰਤਾਂ ਸਭ ਕੁਝ ਖਤਮ ਹੋ ਚੁੱਕਿਆ। ਤੁਸੀਂ ਚਿੱਟੇ ਬਾਰੇ ਬਹੁਤ ਵਧੀਆ ਵਿਚਾਰ ਦਿੱਤੇ ਆ, ਵੀ ਇੱਕ ਕਿਸੇ ਪਾਰਟੀ ਨੂੰ ਨਹੀਂ ਤੁਸੀਂ ਤੋਤਸੀ ਠਹਿਰਾਇਆ, ਵੀ ਜਿਵੇਂ ਜਿਵੇਂ ਹੁੰਦਾ ਹੋਇਆ ਉਵੇਂ ਉਵੇਂ ਤੁਸੀਂ ਦੱਸਿਆ ਕਿ ਜਿਵੇਂ ਅੱਜ ਕੱਲ੍ਹ ਕੋਈ ਠੱਲ ਨਹੀਂ ਪਈ, ਪਿੰਡਾਂ ਦੀਆਂ ਗਲੀਆਂ ਅਤੇ ਘਰਾਂ ਤੱਕ ਪਹੁੰਚ ਗਿਆ ਚਿੱਟਾ, ਅਤੇ ਇਹ ਇੱਕ ਬਹੁਤ ਵੱਡਾ ਦਾਅਵਾ ਅਤੇ ਵਾਅਦਾ ਸੀ ਭਗਵੰਤ ਮਾਨ ਜੀ ਦਾ ਵੀ ਅਸੀਂ ਇਹਨੂੰ ਠੱਲ ਪਾਵਾਂਗੇ। ਅਤੇ ਸਭ ਤੋਂ ਵੱਡਾ ਦੂਜਾ ਲੋਕਾਂ ਨੇ ਜਿਹੜੀ ਆਸ ਰੱਖੀ ਸੀ ਉਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਹੜੀ ਆਪਣੀ ਬੇਅਦਬੀ ਹੋਈ ਸੀ ਬਰਗਾੜੀ ਕਾਂਡ, ਅਤੇ ਉਹਦੇ ਬਾਰੇ ਲੋਕਾਂ ਨੂੰ ਬਹੁਤ ਆਸ ਸੀ ਵੀ ਲੋਕਾਂ ਨੂੰ ਇਨਸਾਫ ਮਿਲੇਗਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਕੇਜਰੀਵਾਲ ਜੀ ਨੇ ਵੀ ਇੱਕ ਬਿਆਨ ਦਿੱਤਾ ਸੀ ਵੀ ਜੇ ਸਰਕਾਰ ਹੋਵੇ ਤਾਂ 24 ਘੰਟਿਆਂ ਵਿੱਚ ਇਹ ਮਸਲਾ ਹੱਲ ਹੋ ਸਕਦਾ, ਪਰ ਉਹ 24 ਘੰਟੇ ਪਲੱਸ ਤੁਸੀਂ 8 ਮਹੀਨੇ ਗੁਣਾ ਕਰ ਲਓ ਵੀ ਕਿੰਨੇ ਹੋ ਗਏ, ਅਤੇ ਤੁਹਾਡਾ ਕੀ ਵਿਚਾਰ ਆ, ਇਹ ਕਿਉਂ ਨਹੀਂ ਹੱਲ ਹੋ ਰਿਹਾ, ਇਹਦੇ ਪਿੱਛੇ ਕਾਰਨ ਕੀ ਆ? ਦੇਖੋ ਰਾਮ ਜੀ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਬੇਅਦਬੀ ਦੀ ਗੱਲ ਕੀਤੀ ਹੈ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਸਾਡਾ ਪਿਓ ਆ। ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ, ਪਾਰਟੀਆਂ ਤਾਂ ਕੋਈ ਮਾਇਨੇ ਨਹੀਂ ਰੱਖਦੀਆਂ ਗੁਰੂ ਦੇ ਬਰਾਬਰ, ਪਾਰਟੀਆਂ ਬਹੁਤ ਛੋਟੀ ਚੀਜ਼ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਅਕਾਲੀ ਦਲ ਵੇਲੇ ਬੇਅਦਬੀ ਹੋਈ, ਕੈਪਟਨ ਸਾਹਿਬ ਨੇ ਕਿਹਾ ਸੀ ਬੇਅਦਬੀ ਦਾ ਮੈਂ ਇਨਸਾਫ ਦਿਊਂਗਾ, ਨਹੀਂ ਦਿੱਤਾ ਗਿਆ, ਉਸ ਤੱਕ ਨਹੀਂ ਪਹੁੰਚਿਆ ਗਿਆ। ਕਹਿੰਦੇ ਸੀ ਬਾਦਲਾਂ ਦੇ ਘਰਾਂ ਨੂੰ ਪੈੜ ਜਾਂਦੀ ਆ, ਕੁੰਵਰ ਵਿਜੇ ਪ੍ਰਤਾਪ ਤੁਸੀਂ ਦੇਖਿਆ
ਸਾਹਮਣੇ ਸਰਕਾਰ ਦੇ ਵਿਰੁੱਧ ਕਹਿ ਰਹੇ ਆ। ਇੱਕ ਪਾਸੇ ਸੁਖਬੀਰ ਬਾਦਲ ਦੀ ਇਨਵੈਸਟੀਗੇਸ਼ਨ ਹੁੰਦੀ ਹੈ, ਬਾਹਰ ਆ ਕੇ ਤੁਸੀਂ ਇਹ ਦੇਖੋ, ਬਾਹਰ ਆ ਕੇ ਉਹ ਇਹ ਕਹਿ ਰਿਹਾ ਕਿ ਮੈਂ ਕੇਜਰੀਵਾਲ ਨੂੰ, ਜੋ ਸਰਕਾਰ ਆ ਗਿਆ ਆਪਣਾ ਕੁੰਵਰ ਵਿਜੇ ਪ੍ਰਤਾਪ ਨੂੰ, ਜਦੋਂ ਸਾਡੀ ਸਰਕਾਰ ਆ ਗਈ ਮੈਂ ਦੱਸੂੰਗਾ। ਦੇਖੋ ਇੱਕ ਪਾਸੇ ਤਾਂ ਉਹ ਬੇਅਦਬੀ ਦੇ ਜਿਹੜੇ ਮੁੱਦੇ 'ਤੇ ਆ ਉਹ ਦੋਸ਼ੀ ਆ, ਉਹ ਤੋਂ ਪੁੱਛਗਿੱਛ ਹੋ ਰਹੀ ਹੈ, ਗ੍ਰਹਿ ਮੰਤਰੀ ਸੀ ਉਹ, ਅਤੇ ਬਾਹਰ ਆ ਕੇ ਉਹ ਪੁੱਛਗਿੱਛ 10 ਮਿੰਟਾਂ ਬਾਅਦ ਆ ਕੇ ਉਹ ਬਿਆਨ ਦੇ ਰਿਹਾ ਕਿ ਉਹ ਕਿਹਦੀ ਸ਼ਹਿ 'ਤੇ ਬਿਆਨ ਦੇ ਰਿਹਾ। ਤੁਸੀਂ ਆਪਾਂ ਨੂੰ ਸੋਚਣ ਦੀ ਗੱਲ ਆ, ਜਿਹੜਾ ਕਿ ਵਿਸ਼ਾ ਇਹ ਕਿਹਦੀ ਸ਼ਹਿ 'ਤੇ ਉਹ ਬਿਆਨ ਦੇ ਰਿਹਾ, ਵੀ ਕੀ ਉਹਨੂੰ ਪਿੱਛੋਂ ਸਹਿ ਆ, ਜਿਹੜਾ ਉਹ ਕੁੰਵਰ ਵਿਜੇ ਪ੍ਰਤਾਪ ਜਿਹੜੇ ਨੂੰ ਸਾਰੀ ਇਨਵੈਸਟੀਗੇਸ਼ਨ ਜਿਹੜੇ ਨੇ ਕੀਤੀ ਆ ਆਈ ਡੀ ਸੀ, ਪਰ ਉਹਨਾਂ ਨੇ ਅਹੁਦਾ ਆਪਣਾ ਛੱਡ ਦਿੱਤਾ ਸੀ ਇਸ ਦੇ ਰੋਸ ਦੇ ਵਜੋਂ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਾਂਗੇ, ਜੇ ਉਹਨਾਂ ਨੇ ਨਹੀਂ ਇਨਸਾਫ ਦਿੱਤਾ ਜਾਂ ਉਹਨਾਂ ਨਾਲ ਰੜੇ ਵਿੱਚ ਤਾਂ ਲੋਕਾਂ ਨੇ ਉਹਨਾਂ ਨੂੰ ਨਕਾਰ ਕੇ ਘਰੇ ਬਿਠਾਤਾ ਇਸ ਟਾਈਮ 'ਤੇ ਕੈਪਟਨ ਸਾਹਿਬ ਨੂੰ। ਸਭ ਤੋਂ ਜਿਹੜਾ ਮੇਨ ਮੁੱਦਾ ਇਹ ਬਗਰਾੜੀ ਵਾਲਾ ਬੇਅਦਬੀ ਦੇ ਜਿਹੜੇ ਦੋਸ਼ੀ ਆ, ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਹੈ ਮੁੱਦਿਆਂ 'ਤੇ, ਇਸ ਮੁੱਦੇ 'ਤੇ ਰਾਜਨੀਤੀ ਹੋਈ ਨਾ, ਕੇਜਰੀਵਾਲ ਸਾਹਿਬ ਉਹਨਾਂ ਨੇ ਕਿਹਾ 24 ਘੰਟਿਆਂ ਦੇ ਵਿੱਚ ਜਿਹੜਾ ਕਿ ਇਨਸਾਫ ਦੇਵਾਂਗੇ। ਹੋ ਕੀ ਗਿਆ, ਅੱਜ 8 ਘੰਟੇ 8 ਮਹੀਨੇ ਹੋ ਗਏ, ਜਿਹੜੇ 24 ਘੰਟਿਆਂ ਦੀ ਗੱਲ ਕਰਦੇ, ਅੱਜ 8 ਮਹੀਨੇ ਹੋ ਗਏ, ਪਿੱਛੇ ਤਕਰੀਬਨ 1.5 ਮਹੀਨੇ ਦੀ ਗੱਲ ਆ, ਕੁਲਤਾਰ ਸਿੰਘ ਸੰਧਵਾ ਸਾਹਿਬ ਸਾਡੇ ਸਤਿਕਾਰਯੋਗ ਸਪੀਕਰ ਆ ਜਿਹੜੇ ਪੰਜਾਬ ਸਰਕਾਰ ਦੇ, ਉਹਨਾਂ ਨੇ ਆ ਕੇ ਕਿਹਾ ਜੇ 1 ਮਹੀਨੇ ਦੇ ਵਿੱਚ ਹੱਲ ਹੋ ਗਿਆ ਤਾਂ ਅਸੀਂ ਇੱਥੇ ਖੁਸ਼ੀ ਦਾ ਸਮਾਗਮ ਆ ਜਿਹੜਾ ਰਖਾਵਾਂਗੇ। ਪਰ ਅੱਜ ਤੁਸੀਂ ਦੇਖੋਗੇ ਕਿ 1.5 ਮਹੀਨੇ ਦਾ ਸਮਾਂ ਹੋ ਗਿਆ, ਉਹਨਾਂ ਨੇ ਉੱਥੇ ਖੜ੍ਹ ਕੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਕਿਹਾ ਕਿ ਜੇਕਰ ਇਹ ਇਨਸਾਫ ਨਾ ਦਿੱਤਾ ਗਿਆ ਤਾਂ ਮੈਂ ਇਹੋ ਜਿਹੇ ਅਹੁਦਿਆਂ ਤੋਂ ਕੀ ਲੈਣਾ। ਉਹਨਾਂ ਦੇ ਬਿਆਨ ਆ ਬਾਇਰ ਕੋਡ ਕਿ ਮੈਂ ਇਹ ਜਿਹੇ ਅਹੁਦਿਆਂ ਤੋਂ ਕੀ ਲੈਣਾ। ਹੁਣ ਤੁਸੀਂ ਦੇਖੋਗੇ ਕਿ ਕਿੱਥੇ ਆ, 1.5 ਮਹੀਨਾ ਹੋ ਗਿਆ, 1 ਮਹੀਨੇ ਦੀ ਗੱਲ ਕੀਤੀ ਸੀ ਉਹਨਾਂ ਨੇ। ਮੈਂ ਚਾਹੁੰਦਾ ਜਿਹੜੀ ਇਸ ਮੁੱਦੇ 'ਤੇ ਸਿਆਸਤ ਹੁੰਦੀ ਆ, ਇਹ ਸਿਆਸਤ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ 'ਤੇ ਬਿਲਕੁਲ ਬੰਦ ਹੋਣੀ ਚਾਹੀਦੀ ਆ। ਬੇਅਦਬੀ ਦਾ ਇਨਸਾਫ ਆ ਜਿਹੜਾ ਉਹ ਹੋਣਾ ਚਾਹੀਦਾ। ਸਿੱਖਾਂ ਨੂੰ ਆਸ ਆ, ਸਿੱਖਾਂ ਦੇ ਮਨ ਦੇ ਵਿੱਚ ਤਪੇ ਪਏ ਆ ਸੀਨੇ ਲੋਕਾਂ ਦੇ, ਸਿੱਖਾਂ ਦੇ, ਪਰ ਇਨਸਾਫ ਨਹੀਂ ਮਿਲਿਆ। ਇਹੀ ਸਰਕਾਰ ਤੋਂ ਆਸ ਸੀ ਕਿ ਇਨਸਾਫ, ਇਹ ਸਰਕਾਰ ਤੋਂ ਇਹ ਆਸ ਸੀ, ਸਾਰੇ ਲੋਕਾਂ ਨੇ ਵੋਟਾਂ ਪਾਈਆਂ ਕਿ ਇਨਸਾਫ ਮਿਲੂਗਾ, ਪਰ ਹੋਇਆ ਕਿ 8 ਮਹੀਨੇ ਹੋ ਗਏ, ਇਨਸਾਫ ਤਾਂ ਕਿਤੇ ਦੂਰ ਨੇੜੇ ਵੀ ਨਹੀਂ ਦਿਖਦਾ, ਇਨਸਾਫ ਦੀ ਤਾਂ ਕੋਈ ਆਸ ਹੀ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਕਿ ਜਿਹੜੇ ਹਿਸਾਬ ਨਾਲ ਇਹ ਹੁਣ ਚੱਲ ਰਹੀ ਹੈ ਸਰਕਾਰ, ਅਤੇ ਇਨਸਾਫ ਦੀ ਮੈਨੂੰ ਇਹਨਾਂ ਤੋਂ ਵੀ ਕੋਈ ਨਜ਼ਰ ਨਹੀਂ ਤਾਂ ਵੀ ਪਰਮਾਤਮਾ ਦੀ ਬਖਸ਼ਿਸ਼ ਕਿਰਪਾ ਹੋ ਜੇ, ਕੋਈ ਇਨਸਾਫ ਇਹਦਾ ਦੇ ਸਕਦੇ ਆ, ਸਰਕਾਰਾਂ ਤੋਂ ਕੋਈ ਆਸ ਨਹੀਂ ਇਹਨਾਂ ਦੀ। ਅਤੇ ਇੱਕ ਸਭ ਤੋਂ ਵੱਡਾ ਮੁੱਦਾ ਸੀਗਾ ਸਿਕਿਉਰਿਟੀ ਦਾ। ਆਮ ਪਹਿਲਾਂ ਲੀਡਰਾਂ ਦੇ ਅੱਗੇ ਸਿਕਿਉਰਿਟੀ ਮੁਲਾਜ਼ਮ ਹੋ ਜਾਂਦੇ ਸੀ, ਲੀਡਰਾਂ ਤੱਕ ਨਹੀਂ ਪਹੁੰਚਣ ਦਿੱਤਾ ਜਾਂਦਾ ਸੀ, ਅਤੇ ਭਾਵੇਂ ਪਿਛਲੀ ਕਾਂਗਰਸ ਸਰਕਾਰ ਵੱਲੋਂ VIP ਕਲਚਰ ਖਤਮ ਕੀਤਾ ਗਿਆ ਸੀ, ਹੂਟਰ ਵਗੈਰਾ, ਅਤੇ ਇਸ ਤਰ੍ਹਾਂ ਭਗਵੰਤ ਮਾਨ ਜੀ ਵੱਲੋਂ ਵਾਅਦਾ ਕੀਤਾ ਜਾਂਦਾ ਸੀ ਵੀ ਜੇ ਇੰਨੀ ਸੁਰੱਖਿਆ ਰੱਖਣੀ ਹੈ ਤਾਂ ਇਹਦੇ ਨਾਲੋਂ ਕੋਈ ਮੁਰਗੀਖਾਨਾ ਖੋਲ੍ਹ ਲਓ, ਅਤੇ ਪਰ ਉਹ ਲਾਕਡਾਊਨ ਸਭ ਕੁਛ ਉਲਟ ਹੋ ਗਿਆ। ਰਾਮ ਜੀ, ਜਦੋਂ ਨਾ ਬੰਦਾ ਕੋਈ ਸਰਕਾਰ ਤੋਂ ਬਾਹਰ ਹੁੰਦਾ, ਜਦੋਂ ਕੋਈ ਵਿਰੋਧੀ ਧਿਰ ਦੇ ਵਿੱਚ ਹੁੰਦਾ, ਉਦੋਂ ਬੜੀਆਂ ਗੱਲਾਂ ਕਰਦਾ, ਬੜੇ ਮੁੱਦੇ ਉਠਾਉਂਦਾ ਵੀ ਐਂ ਹੋ ਜੇ, ਐਂ ਹੋ ਜੇ, ਐਂ ਐਂ ਕਰ ਦਈਏ ਅਸੀਂ, ਆਹ ਵੀ ਗਲਤ, ਆਹ ਵੀ ਗਲਤ। ਗੱਲ ਕਰਦਾ ਮੈਂ ਭਗਵੰਤ ਮਾਨ ਸਾਹਿਬ ਦੀ, ਜਦੋਂ ਸਰਕਾਰ ਬਣਨ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਜਾਂਦੀ ਸੀ ਨਾ ਸੰਗਰੂਰ ਦੀ MP ਦੀ ਇਲੈਕਸ਼ਨ ਹੁੰਦੀ ਸੀ, ਤਾਂ ਉਹਨਾਂ ਨੇ ਬਿਆਨ ਦਿੱਤਾ ਸੀ, ਕਹਿੰਦੇ ਸਰਪੰਚਾਂ ਦੀ ਜਿਹੜੀ ਤਨਖਾਹ ਉਹ ਕਹਿੰਦੇ 20,000-25,000 ਰੁਪਇਆ ਹੋਣੀ ਚਾਹੀਦੀ, 50,000 ਰੁਪਇਆ ਹੋਣੀ ਚਾਹੀਦੀ ਹੈ, ਜਿਹੜੀ ਮੈਂਬਰਾਂ ਦੀ ਆ ਤਨਖਾਹ ਉਹ 5,000 ਰੁਪਇਆ ਹੋਣੀ ਚਾਹੀਦੀ ਹੈ। ਇਹ ਉਹਨਾਂ ਨੇ ਮੰਗ ਰੱਖੀ ਸੀ, ਅਖਬਾਰ ਦੇ ਉੱਤੇ ਖਬਰਾਂ ਛਪੀਆਂ ਸੀ, ਸਾਰੇ ਸਰਪੰਚਾਂ ਨੂੰ ਇਹ ਸੀ ਵੀ ਆਸ ਸੀ ਵੀ ਸਾਡੀ, ਹਾਂਜੀ ਸਾਨੂੰ ਤਨਖਾਹ ਦੇਣਗੇ ਜਦੋਂ ਆਮ ਆਦਮੀ ਪਾਰਟੀ। ਹੋਇਆ ਕਿ 4 ਸਾਲ ਹੋ ਗਏ ਸਰਪੰਚ ਬਣੇ ਨੂੰ, ਪੰਜਾਬ ਨਾ ਪਹਿਲਾਂ ਵਾਲੀ ਕਾਂਗਰਸ ਨੇ ਦਿੱਤੀ ਨਾ ਹੁਣ ਦਿੱਤੀ, ਉਸ ਤੋਂ ਬਾਅਦ ਉਹੀ ਮਾਨ ਸਾਹਿਬ 8 ਮਹੀਨੇ ਹੋ ਗਏ ਸਰਕਾਰ ਬਣੀ ਨੂੰ, ਹੁਣ ਦੇ ਦੇਣ ਤਨਖਾਹ, ਹੁਣ ਕਿੱਥੇ ਗਈ। ਸਿਕਿਉਰਿਟੀ ਦੀ ਗੱਲ ਕਰਦੇ ਸੀ ਮਾਨ ਸਾਹਿਬ ਕਿ ਜਿਹੜੇ ਲੀਡਰਾਂ ਨੂੰ ਡਰ ਲੱਗਦਾ ਉਹ ਮੁਰਗੀਖਾਨਾ ਖੋਲ੍ਹ ਲੈਣ, ਹੁਣ ਭਗਵੰਤ ਮਾਨ ਦੇ ਸਾਹਿਬ ਨਾਲ ਤੁਸੀਂ ਦੇਖਿਓ ਕਿ ਕਿੰਨੀ ਸਿਕਿਉਰਿਟੀ, ਘੱਟੋ ਘੱਟ 800 ਉਹਨਾਂ ਨਾਲ ਜਿਹੜੇ ਗਨਮੈਨ ਚੱਲਦੇ ਆ ਉਹ ਛੱਡੋ, ਚਲੋ ਆਪਾਂ ਕਹਿੰਦੇ CM ਆ, ਸਿਕਿਉਰਿਟੀ ਰੱਖਣੀ ਆ। ਇਸ ਤੋਂ ਤਾਂ ਚਰਨਜੀਤ ਸਿੰਘ ਚੰਨੀ ਚੰਗੇ ਸੀ, ਉਹ ਆਮ ਲੋਕਾਂ ਦੇ ਵਿੱਚ ਆ ਕੇ ਵਿਚਰਦੇ ਸੀ, ਚਲੋ ਕੈਪਟਨ ਸਾਹਿਬ ਤਾਂ ਆਪਾਂ ਕਹਿ ਦਿੰਦੇ ਉਹ ਤਾਂ ਰਾਜਿਆਂ ਦਾ ਠੱਠ ਸੀ। CM ਚੰਨੀ ਨੇ 3 ਮਹੀਨਿਆਂ ਦੇ ਵਿੱਚ ਸਿਕਿਉਰਿਟੀ ਪਾਸੇ ਕਰਕੇ ਉਹ ਧਰਨੇ ਦੇ ਵਿੱਚ ਚਲੀ ਜਾਂਦੀ ਸੀ, ਇੱਥੇ ਤਾਂ ਭਗਵੰਤ ਮਾਨ ਸਾਹਿਬ ਨੂੰ ਤਾਂ ਮਿਲਣ ਦੀ ਦੂਰ ਦੀ ਗੱਲ ਆ, ਸਿਕਿਉਰਿਟੀ ਵਾਲੇ ਨੇੜੇ ਵੀ ਨਹੀਂ ਫੜਕਣ ਦਿੰਦੇ ਚੰਨੀ ਸਾਹਿਬ, ਉੱਥੇ ਦਰਬਾਰ ਲਾਉਂਦੇ CM ਉਹ 'ਚ ਆਮ ਲੋਕ ਜਾ ਕੇ ਉੱਥੇ ਇਹਨਾਂ ਨੂੰ ਮਿਲ ਸਕਦੇ ਸੀ। ਸੋ ਗੱਲਾਂ ਕੀਤੀਆਂ ਸੀ ਉਦੋਂ, ਇਹ ਨਾ ਮੈਂ ਕਹਿੰਦਾ ਵੀ ਚੁਟਕਲੇ ਸੁਣਾ ਕੇ ਸਰਕਾਰਾਂ ਨਹੀਂ ਚੱਲਦੀਆਂ, ਚੁਟਕਲੇ ਸੁਣਾ ਕੇ ਲੋਕ ਥੋੜ੍ਹਾ ਚਿਰ ਖੁਸ਼ ਤਾਂ ਹੋ ਸਕਦੇ ਆ ਪਰ ਸਰਕਾਰ ਨਹੀਂ ਚੱਲਣੀ। ਜਿਵੇਂ ਜਿਹੜੇ ਗੱਲ ਕਰਦੇ ਸੀ ਹਰਸਿਮਰਤ ਅਤੇ ਇਹ ਉਂਗਲ ਉਠਾਉਂਦੇ ਸੀ ਮਾਨ ਸਾਹਿਬ ਵੀ ਇਹ ਸੋਨਾ ਕਿੱਥੋਂ ਆਇਆ, ਇੰਨਾ ਜਦੋਂ ਸੋਨਾ ਵੀ ਕਿੱਥੋਂ ਆਏ, ਆਮ ਲੋਕਾਂ ਦਾ ਸੋਨਾ, ਇਹ ਗਰੀਬਾਂ ਦਾ ਸੋਨਾ, ਇਹ ਇਹਦਾ ਸੋਨਾ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਹੁਣ ਤੁਹਾਡੀ ਪਤਨੀ, ਤੁਹਾਡੀ ਭੈਣ, ਜਿਹੜੇ ਮਤਲਬ ਕਿ ਹੁਣ ਜਿਹੜੇ ਕਿੰਨੇ ਕਿੰਨੇ ਗ੍ਰਾਮਾਂ ਦੇ ਉਹਨਾਂ ਦੇ ਜਿਹੜਾ ਪਾਈਆ ਪਾਈਆ ਸੋਨਾ ਪਾਇਆ ਹੁੰਦਾ, ਇਹ ਕਿੱਥੋਂ ਆ ਗਿਆ ਸੋਨਾ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਹੁਣ ਜਵਾਬ ਦਿਓ ਤੁਸੀਂ, ਇਹ ਸੋਨਾ ਕਿੱਥੋਂ ਆ ਗਿਆ, ਕਿੱਥੋਂ ਗੱਡੀਆਂ ਆ ਗਈਆਂ? ਤੁਹਾਡੀ ਭੈਣ ਜਦੋਂ ਮੱਥਾ ਟੇਕਣ ਜਾਂਦੀ ਹੈ ਹਰਿਮੰਦਰ ਸਾਹਿਬ ਦੇ ਵਿੱਚ, 500 ਸਿਕਿਉਰਿਟੀ ਗਾਰਡ ਉਹਨਾਂ ਦੇ ਪਿੱਛੇ,